ਹੈਲੋ ਫਰੈਂਡਸ, ਲਾਸਟ ਆਪਣਾ ਵੀਡੀਓ ਦੇ ਵਿੱਚ ਸ਼ੋਲਡਰ ਪੇਨ ਬਾਰੇ ਗੱਲ ਕਰ ਰਹੇ ਸੀਗੇ। ਮੈਂ ਕਾਫੀ ਸਾਰੀਆਂ ਐਕਸਰਸਾਈਜ਼ ਸਟੈਚੇਬਲ ਐਕਸਰਸਾਈਜ਼ ਤੁਹਾਨੂੰ ਗਾਈਡ ਕੀਤੀਆਂ, ਔਰ ਇਸ ਵੀਡੀਓ ਦੇ ਵਿੱਚ ਵੀ ਮੈਂ ਸ਼ੋਲਡਰ ਪੇਨ ਬਾਰੇ ਹੀ, ਫਰੋਜ਼ਨ ਸ਼ੋਲਡਰ ਬਾਰੇ ਹੀ ਦੱਸਾਂਗਾ। ਬਹੁਤ ਸਾਰੇ ਬਾਡੀ ਬਿਲਡਰ, ਸਪੋਰਟਸ ਪਰਸਨ, ਚਾਹੇ ਉਹ ਕਿਸੇ ਵੀ ਗੇਮ ਦੇ ਨਾਲ ਰਿਲੇਟਡ ਹੈ, ਜਿਹੜੀ ਗੇਮ ਦੇ ਵਿੱਚ ਸ਼ੋਲਡਰ ਮੈਕਸੀਮਮ ਯੂਜ਼ ਹੁੰਦਾ ਹੈ, ਜਿੱਦਾਂ ਕ੍ਰਿਕਟਰਸ ਨੇ, ਜਿਹੜੇ ਕ੍ਰਿਕਟਰਸ ਮੈਕਸੀਮਮ ਬੋਲਿੰਗ, ਫਾਸਟ ਬੋਲਿੰਗ ਕਰਾਉਂਦੇ ਨੇ, ਬਾਡੀ ਬਿਲਡਰਸ ਨੇ ਜਿਹੜੇ ਹੈਵੀ ਵੇਟ ਲਿਫਟਿੰਗ ਕਰਦੇ ਨੇ, ਪਾਵਰ ਲਿਫਟਰ ਨੇ। ਸੋ ਕਿਸੇ ਵੀ ਗੇਮ ਦੇ ਵਿੱਚ ਜਿਹੜੇ ਵੀ ਸਪੋਰਟਸਮੈਨ ਜ਼ਿਆਦਾ ਸ਼ੋਲਡਰ ਯੂਜ ਕਰਦੇ ਨੇ, ਉਹਨਾਂ ਨੂੰ ਇਹ ਪ੍ਰੋਬਲਮਸ ਆਉਂਦੀਆਂ ਨੇ। ਸੋ ਜਿਹੜੀਆਂ ਐਕਸਰਸਾਈਜ਼ ਮੈਂ ਗਾਈਡ ਕੀਤੀਆਂ, ਤੁਸੀਂ ਉਹ ਐਕਸਰਸਾਈਜ਼ ਆਪਣੇ ਵਰਕਆਊਟ ਤੋਂ ਪਹਿਲਾਂ ਐਜ਼ ਏ ਵਾਰਮ ਅਪ ਐਕਸਰਸਾਈਜ਼ ਤੁਸੀਂ ਕਰੋਗੇ, ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ। ਸੈਕਿੰਡ, ਜਿਹੜੇ ਪੇਸ਼ੈਂਟਸ ਨੇ, ਡਾਇਬਟਿਕ ਪੇਸ਼ੈਂਟਸ ਨੇ ਜਾਂ ਹੋਰ ਇੰਜਰੀ ਕਰਕੇ ਫਰੋਜ਼ਨ ਸ਼ੋਲਡਰ ਹੋ ਜਾਂਦਾ, ਉਹਨਾਂ ਦੀਆਂ ਬਹੁਤ ਸਾਰੀਆਂ ਮੂਵਮੈਂਟਸ ਜਿਹੜੀਆਂ ਵਾ ਉਹ ਡੇਲੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਉਹ ਮੂਵਮੈਂਟਸ ਨਹੀਂ ਕਰ ਪਾਉਂਦੇ। ਤੋ ਉਹ ਮੇਰੀਆਂ ਐਕਸਰਸਾਈਜ਼ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲੇਗਾ। ਸੋ ਮੇਰੀਆਂ ਐਕਸਰਸਾਈਜ਼ ਕਰੋ। ਔਰ ਸੈਕਿੰਡ, ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਕਿ ਮੇਰਾ ਜਿਹੜਾ ਚੈਨਲ ਹੈ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਆਪਣੇ ਫਰੈਂਡਸ ਦੇ ਨਾਲ ਲਿੰਕ ਸ਼ੇਅਰ ਕਰੋ, ਔਰ ਇਹ ਵੀਡੀਓ ਬਾਰੇ ਗਾਈਡ ਕਰੋ। ਸੋ ਆਓ, ਅੱਜ ਦੀ ਮੈਂ ਐਕਸਰਸਾਈਜ਼ ਤੁਹਾਨੂੰ ਗਾਈਡ ਕਰਦਾ। ਜਿਹੜੀ ਮੈਂ ਅੱਜ ਐਕਸਰਸਾਈਜ਼ ਤੁਹਾਨੂੰ ਦੱਸ ਰਿਹਾ ਨਾ, ਇਹ ਫਰੋਜ਼ਨ ਸ਼ੋਲਡਰ ਔਰ ਰੋਟੇਟਰ ਕੱਪ ਦੇ ਨਾਲ ਜਿਹੜੀ ਇਹ ਪੇਸ਼ੈਂਟ ਸਫ਼ਰ ਕਰ ਰਹੇ ਨੇ ਜਾਂ ਬਾਡੀ ਬਿਲਡਰ ਜਾਂ ਸਪੋਰਟਸ ਪਰਸਨ ਸਫ਼ਰ ਕਰ ਰਹੇ ਨੇ, ਉਹਨਾਂ ਨੂੰ ਇਹ ਕਾਫ਼ੀ ਇਸ ਐਕਸਰਸਾਈਜ਼ ਦੇ ਨਾਲ ਬੈਨੀਫਿਟ ਹੋਏਗਾ। ਤੁਸੀਂ ਇਹ ਐਕਸਰਸਾਈਜ਼ ਦਿਨ ਦੇ ਵਿੱਚ ਕਿਸੇ ਵੀ ਟਾਈਮ ਕਰ ਸਕਦੇ ਹੋ, ਚਾਹੇ ਤੁਸੀਂ ਆਪਣੇ ਜੋਬ 'ਤੇ ਹੋ ਜਾਂ ਤੁਸੀਂ ਕੋਈ ਵੀ ਕੰਮ ਕਰਦੇ ਹੋ, ਤੁਸੀਂ ਐਕਸਰਸਾਈਜ਼ ਕਰੋਗੇ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਵੇਗਾ। ਤੁਸੀਂ ਸਟੇਟ ਖੜ੍ਹੇ ਹੋਣਾ ਪਹਿਲਾਂ, ਜਿਸ ਤਰ੍ਹਾਂ ਮੈਂ ਤੁਹਾਨੂੰ ਪੋਸਚਰ ਦੱਸਿਆ, ਸਟੇਟ ਖੜ੍ਹੇ ਹੋਣਾ ਆਪਣੇ ਆਪ ਦੇ ਵਿੱਚ ਸ਼ੋਲਡਰ ਦੀ ਐਕਸਰਸਾਈਜ਼ ਹੈ। ਮੈਂ ਕਾਫੀ ਵੀਡੀਓ ਦੇ ਵਿੱਚ ਐਕਸਪਲੇਨ ਵੀ ਕੀਤਾ, ਮੈਂ ਵਾਰ ਵਾਰ ਵੀ ਦੱਸ ਰਿਹਾ ਕਿ ਜਿਹੜੇ ਬਹੁਤ ਸਾਰੇ ਨਵੇਂ ਬਿਜ਼ਨਸ ਜਾਂ ਨਵੇਂ ਵਿਊਜ਼ ਜਿਹੜੇ ਦੇਖ ਰਹੇ ਨੇ ਉਹ ਜਦੋਂ ਦੇਖਣਗੇ, ਸੋ ਉਹ ਹਰ ਵੀਡੀਓ ਦੇ ਵਿੱਚ ਮੈਂ ਦੁਬਾਰਾ ਇਹ ਵੀ ਦੱਸਦਾ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਖੜ੍ਹੇ ਹੋਣ ਦਾ ਪੋਸਚਰ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਚੈਸਟ ਓਪਨ ਹੋਣੀ ਚਾਹੀਦੀ ਹੈ, ਸ਼ੋਲਡਰ ਬਰੋਡ ਹੋਣੇ ਚਾਹੀਦੇ ਹੈ, ਸ਼ੋਲਡਰ ਡਰੋਪ ਕਰਕੇ ਨਹੀਂ ਖੜ੍ਹੇ ਹੋਣਾ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਪ੍ਰੋਬਲਮ ਵਾਲੀ ਤੁਹਾਡਾ ਪੋਸਚਰ ਹੈ। ਇਸ ਪੋਸਚਰ ਦੇ ਵਿੱਚ ਤੁਹਾਨੂੰ 40 ਸਾਲ ਦੀ ਉਮਰ ਤੱਕ, 35 ਸਾਲ ਦੀ ਉਮਰ ਤੱਕ ਪ੍ਰੋਬਲਮ ਆਈ ਹੈ। ਤੁਸੀਂ ਸਟੇਟ ਖੜ੍ਹੇ ਹੋ ਜਾਣਾ ਔਰ ਹੱਥ ਇੱਥੇ ਰੱਖਣਾ ਆਪਣੀ ਬੈਕ ਸਾਈਡ ਦੇ ਉੱਤੇ, ਇਸ ਇਸ ਸਾਈਡ ਤੋਂ ਵੀ ਤੁਹਾਨੂੰ ਦਿਖਾਉਣਾ, ਔਰ ਚੈਸਟ ਓਪਨ ਕਰ ਲੈਣੀ, ਹੱਥ ਐਲਬੋ ਤੋਂ ਇੱਥੋਂ ਪਾ ਕੇ ਆਪਣਾ ਜਿਹੜਾ ਲੈਫਟ ਹੈਂਡ ਹੈ ਔਰ ਇਹਨੂੰ ਸਟ੍ਰੈਚ ਕਰਨਾ ਅੱਗੇ, ਅਗਲੀ ਸਾਈਡ ਦੇ ਬਾਅਦ ਐਲਬੋ ਨੂੰ ਖਿੱਚਣਾ। ਸੋ ਇਹ ਜਿਹੜੀ ਐਕਸਰਸਾਈਜ਼ ਹੈ ਇਹ ਤੁਸੀਂ 20 ਸੈਕਿੰਡ ਸਟ੍ਰੈਚ ਨੂੰ ਕਰਕੇ ਰੱਖਣਾ। ਨੈਕਸਟ ਸਟੇਟ ਹੋਵੇ ਤੁਹਾਡੀ, ਬਿਲਕੁਲ ਸਟੇਟ ਖੜ੍ਹੇ ਹੋਣਾ, 20 ਸੈਕਿੰਡ ਖਿੱਚ ਕੇ ਰੱਖਣਾ। ਇਹ ਜਿਹੜੀ ਐਕਸਰਸਾਈਜ਼ ਹੈਗੀ ਹੈ ਤੁਸੀਂ ਦਿਨ 'ਚ ਇੱਕ ਵਾਰੀ 5-6 ਵਾਰੀ ਰੈਪੀਟੇਸ਼ਨ ਕਰੋ, ਔਰ ਦਿਨ 'ਚ ਤੁਸੀਂ ਉਦੋਂ ਵੀ ਕਿੰਨੀ ਵਾਰ ਵੀ ਕਰ ਸਕਦੇ ਹੋ। ਸੋ ਥੈਂਕ ਯੂ ਦੋਸਤੋ।